अज जिहड़े धरने का मेन कारण है जी, असीं 10 महीने तो लगातार डीसी साहब नूं सारे नूं मिल के DRO साहब नूं मिल के असीं इक अपनी मंग है जिहड़ी 1250 रुपये महीने की तनखा दी उह कर रहे हैं, परंतु इन्हां वल्लों टाल मटोल करन दे बावजूद अज 10 महीने बीत गए। एक चौकीदार जिहदे कोल 3 बच्चे 4 बच्चे ने, उह बच्चां दा गुजारा कित्थों करूगा? 24 घंटे दे असीं मुलाजम हैं, रात नूं सानूं पुलिस तंग करदी है, किसी ने घर जाना चलो चौकीदार, दिन च सानूं सामने वाले नहीं टिकन दिंदे हैगे। चौकीदार दिहाड़ी करे, बच्चे कित्थों पाले, जां चौकीदार 24 घंटे का करे। ਹੋਰ ਜਿਹੜੀਆਂ ਮੰਗਾਂ ਨੇ ਦੂਜੀਆਂ ਸਾਡੀਆਂ, ਉਹਨਾਂ ਵੱਲ ਤਾਂ ਕੀ ਧਿਆਨ ਦੇਣਾ, ਸਗੋਂ ਸਾਡੀ 1250 ਰੁਪਈਏ ਜਿਹੜੀ ਪ੍ਰਤੀ ਮਹੀਨਾ ਤਨਖਾਹ ਹੈ ਉਹ ਵੀ 10 ਮਹੀਨੇ ਤੋਂ ਰੋਕੀ ਗਈ ਹੈ। ਸਾਡੀਆਂ ਬਹੁਤ ਟਾਈਮ ਤੋਂ ਨਾ ਮੰਗਾਂ ਨੇ ਜੀ ਚੌਕੀਦਾਰਾਂ ਦੀਆਂ, ਅੱਜ ਤੱਕ ਸਰਕਾਰ ਨੇ ਸਾਨੂੰ ਅਣਗਹਿਲੀ ਕਰਦੀ ਆਈ ਹੈ, ਅੱਜ ਤੱਕ ਕੋਈ ਸਾਡਾ ਸਮਾਧਾਨ ਨਹੀਂ ਕਰਾ। 1250 ਰੁਪਏ ਨਾਲ ਸਾਡੇ ਪਰਿਵਾਰ ਦਾ ਕੀ ਸਾਡਾ ਜਮਾਂ ਵੀ ਗੁਜ਼ਾਰਾ ਨਹੀਂ ਹੁੰਦਾ ਜੀ। ਅੱਜ ਅਸੀਂ ਹਾਰ ਤੱਕ ਕੇ ਨਾ ਉਰੇ ਸੰਗਰੂਰ DC ਦਫ਼ਤਰ ਪਹੁੰਚੇ ਹਾਂ। ਬੜੇ ਸ਼ਰਮ ਦੀ ਗੱਲ ਆ ਵੀ ਇਹਨਾਂ ਚੌਕੀਦਾਰਾਂ ਦੀ 1250 ਰੁਪਏ ਮਹੀਨਾ ਤਨਖਾਹ ਹੈ, ਜਿਹੜੀ ਕਿ ਪਿਛਲੇ 10 ਮਹੀਨਿਆਂ ਤੋਂ ਬੰਦ ਹੈ। ਇਹਨਾਂ ਨੂੰ ਇੱਕ ਵੀ ਰੁਪਈਆ 10 ਮਹੀਨਿਆਂ ਤੋਂ ਨਹੀਂ ਮਿਲਿਆ, ਤਾਂ ਕਰਕੇ ਇਹ ਨੰਗੇ ਧੜ ਕੱਪੜੇ ਉਤਾਰ ਕੇ ਥਾਲੀਆਂ ਖੜਕਾ ਕੇ ਅੱਜ ਰੋਸ ਪ੍ਰਦਰਸ਼ਨ ਕੀਤਾ ਵੀ ਤਾਂ ਕਿ ਸੁੱਤੀ ਸਰਕਾਰ ਹੈ ਜਿਹੜੀ ਉਹ ਜਾਗ ਸਕੇ। ਕੀ ਮੇਨ ਮੰਗਾਂ ਲੈ ਕੇ ਦਿੱਤੀ? ਮੰਗਾਂ ਤਾਂ ਹੋਰ ਬਹੁਤ ਨੇ ਜੀ, ਲੇਕਿਨ ਹੁਣ ਤਾਂ ਰੋਟੀ ਦਾ ਮਸਲਾ ਹੈ, ਕਿਉਂਕਿ ਸਾਡੇ ਪੂਰੇ 10 ਮਹੀਨਿਆਂ ਤੋਂ 1250 ਰੁਪਇਆ ਤਨਖਾਹ ਨਹੀਂ ਮਿਲੀ। ਸਰਕਾਰ ਵੱਡੇ ਵੱਡੇ ਐਲਾਨ ਕਰ ਰਹੀ ਹੈ, ਹਰ ਦਿਨ ਮੁੱਖ ਮੰਤਰੀ ਚੰਨੀ ਨੇ ਜਿਹੜੇ ਉਹ ਵੱਡਾ ਐਲਾਨ, ਇਹ ਰਾਜਨੀਤਿਕ ਲੋਕ ਨੇ ਐਲਾਨ ਲਾਮੀ ਨੇ ਇਹਨਾਂ ਦੇ ਪੱਲੇ, ਇਹਨਾਂ ਨੇ ਲੋਕਾਂ ਨੂੰ ਚੂੰਡ ਲਿਆ, ਲੋਕਾਂ ਨੂੰ ਖਾ ਲਿਆ, ਲੋਕਾਂ ਦਾ ਖਾਣਾ ਵੀ ਖੋ ਲਿਆ। ਪ੍ਰਧਾਨ ਮੰਤਰੀ ਜੀ ਕਹਿੰਦੇ ਕਿ ਮੈਂ ਵੀ ਚੌਕੀਦਾਰਾਂ ਦੇਦਾ, ਉਹਦੇ ਬਾਰੇ ਤੁਸੀਂ? ਉਹ ਜਿਹਾ ਚੌਕੀਦਾਰ ਕਾਹਨੂੰ ਬਣੇ? ਕੋਈ ਰੱਬਾ ਕਰੇ ਨਾ ਬਣਾਵੇ ਉਹ ਜਿਹਾ ਚੌਕੀਦਾਰ। ਕੋਈ ਚੌਕੀਦਾਰ ਤਾਂ ਨੇ ਜਿਹੜੇ ਲੋਕਾਂ ਦੀ ਰਾਤ ਨੂੰ ਰਾਖੀ ਕਰਦੇ ਨੇ, ਦਿਨ ਨੂੰ ਪੁਲਿਸ ਦਾ ਕੰਮ ਕਰਦੇ ਨੇ ਅਤੇ ਅਦਾਲਤਾਂ ਦਾ ਕੰਮ ਕਰਦੇ ਨੇ।